ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਹੁਣ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਸਹੁੰ ਚੁੱਕ ਲਈ ਹੈ। ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਨੇ ਜਫੀ ਵੀ ਪਾਈ, ਪਰ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਉਹਨਾਂ ਦੇ ਸੰਬੰਧ ਮੁੱਖ ਮੰਤਰੀ ਨਾਲ ਕਿਹੋ ਜਿਹੇ ਰਹਿਣਗੇ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੂਗਾ। ਮਤਲਬ ਇਹ ਹੈ ਕਿ ਉਹ ਕੱਲ੍ਹ ਰੱਖਿਆ ਮੰਤਰੀ ਨੂੰ ਵੀ ਮਿਲੇ ਅਤੇ ਉਸ ਸੰਬੰਧ ਵਿੱਚ ਸਰਹੱਦੀ ਇਲਾਕਿਆਂ ਬਾਰੇ ਗੱਲਬਾਤ ਵੀ ਹੋਈ ਹੋਣੀ ਹੈ ਅਤੇ ਇਹ ਜੋ ਘਟਨਾਕ੍ਰਮ ਵਾਪਰਦੇ ਨੇ ਅਤੇ ਇਸ ਸੰਬੰਧ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਗੁਰਮੀਤ ਪਲਾਹੀ ਉਹਨਾਂ ਨਾਲ, ਜਿਹੜੇ ਪ੍ਰਸਿੱਧ ਲੇਖਕ ਨੇ ਜਿਨ੍ਹਾਂ ਦੇ ਲੇਖ ਅਸੀਂ ਦੇਸ਼ ਵਿਦੇਸ਼ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਕਿਹੋ ਜਿਹੇ ਸੰਬੰਧ ਰਹਿਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਨਵਾਰੀ ਲਾਲ ਪੁਰੋਹਿਤ ਜੋ ਪੰਜਾਬ ਦੇ ਰਾਜਪਾਲ ਸੀਗੇ ਉਹਨਾਂ ਵਿਚਾਲੇ ਸੰਬੰਧ ਕੋਈ ਜ਼ਿਆਦਾ ਵਧੀਆ ਨਹੀਂ ਰਹਿ ਗਏ। ਜਿੱਥੋਂ ਉਹਨਾਂ ਦੇ ਟਕਰਾਓ ਦੀ ਗੱਲ ਸ਼ੁਰੂ ਹੋਈ ਸੀ ਅਤੇ ਅੰਤ ਵੀ ਉੱਥੇ ਹੀ ਹੋਇਆ ਜਦੋਂ ਬਨਵਾਰੀ ਲਾਲ ਪੁਰੋਹਿਤ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਆਏ ਤਾਂ ਉਹਨਾਂ ਨੇ ਆਖਰੀ ਪੱਤਰਕਾਰ ਮਿਲਣੀ ਦੇ ਦੌਰਾਨ ਇਹੀ ਗੱਲ ਕਹੀ ਕਿ ਭਗਵੰਤ ਮਾਨ ਉਹਨਾਂ ਤੋਂ ਖੁਸ਼ ਨਹੀਂ ਹਨ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਜਾਂ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਅਤੇ ਹੁਣ ਗੁਲਾਬ ਚੰਦ ਕਟਾਰੀਆ ਨੂੰ ਲਗਾਇਆ ਗਿਆ ਅਤੇ ਇਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਕਿ ਕਿਹੋ ਜਿਹੇ ਸੰਬੰਧ ਰਹਿਣਗੇ? ਦੇਖੋ ਜੀ, ਚਾਹੇ ਪੁਰੋਹਿਤ ਜੀ ਹੋਣ ਚਾਹੇ ਕਟਾਰੀਆ ਜੀ ਹੋਣ, ਜੀ ਜੀ, ਗੱਲ ਤਾਂ ਸਟੇਟ ਦੀ ਤੇ ਸੈਂਟਰ ਦੇ ਸੰਬੰਧਾਂ ਦੀ ਆ ਜੀ। ਕੇਂਦਰ ਦੇ ਵਿੱਚ ਭਾਜਪਾ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਵਿਰੋਧੀ ਆ ਜੀ, ਤੇ ਲਗਾਤਾਰ ਇਹਨਾਂ ਦੀ ਆਪਸੀ ਕਸ਼ਮਕਸ਼ ਜਿਹੜੀ ਹੈ ਉਹ ਵੇਖਣ ਨੂੰ ਮਿਲ ਰਹੀ ਆ। ਦੇਖੋ ਤੁਹਾਡੇ ਸਾਹਮਣੇ ਨਜ਼ਾਰੇ ਲਗਾਤਾਰ ਦੇਖਣ ਨੂੰ ਇਸ ਢੰਗ ਦੇ ਨਾਲ ਮਿਲਦੇ ਨੇ ਵੀ ਹੈਰਾਨ ਹੋਈਦਾ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਅੰਦਰ ਹੈ ਜੀ ਔਰ ਦੂਸਰਾ ਮੁੱਖ ਮੰਤਰੀ ਜਿਹੜਾ ਹੈ ਉਹ ਲਗਾਤਾਰ ਆਪਣੀ ਕੇਂਦਰ ਸਰਕਾਰ ਦੇ ਨਿਸ਼ਾਨੇ ਤੇ ਹੈ ਜੀ। ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਦੀਆਂ ਤਾਕਤਾਂ ਕਢਾਉਣ ਲਈ ਲਗਾਤਾਰ ਪਿਛਲੇ ਸਮੇਂ ਤੋਂ ਯਤਨ ਹੋ ਰਿਹਾ ਤੇ ਮੁੱਖ ਮੰਤਰੀ ਕਿਉਂਕਿ ਸਹੀ ਢੰਗ ਦੇ ਨਾਲ ਪ੍ਰਸ਼ਾਸਕ ਵਜੋਂ ਕੰਮ ਨਹੀਂ ਕਰ ਰਹੇ ਜੀ, ਜਾਂ ਮੈਂ ਸਮਝਦਾ ਵੀ ਉਹਨਾਂ ਨੂੰ ਤਜਰਬੇ ਦੀ ਕਮੀ ਆ, ਉਹ ਕੇਂਦਰ ਦੀਆਂ ਚਾਲਾਂ ਦਾ ਲਗਾਤਾਰ ਸ਼ਿਕਾਰ ਹੋ ਰਹੇ ਨੇ। ਠੀਕ ਹੈ, ਦੇਖੋ ਕਿਵੇਂ ਪਹਿਲਾਂ ਤਾਂ BSF ਨੂੰ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਸੌਂਪ ਦਿੱਤੇ ਗਏ ਔਰ ਪੰਜਾਬ ਦੀ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕੀਤਾ ਜੀ। ਉਹ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਇਹ ਧਾਰਾਵਾਂ ਲਾ ਕੇ ਉਸ ਨੂੰ ਅੰਦਰ ਕਰ ਦਿੱਤਾ ਗਿਆ ਤੇ ਉਹਦੇ ਵਿੱਚ ਵੀ ਇਵੇਂ ਜਾਪਿਆ ਜਿਵੇਂ ਅੰਦਰੋਂ ਗਤੀ ਮੁੱਖ ਮੰਤਰੀ ਦੀ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਸਹਿਮਤੀ ਹੈ ਜੀ। ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਇੱਟ ਖੜਿੱਕਾ ਪੰਜਾਬ ਦਾ ਤੇ ਕੇਂਦਰ ਦਾ ਜਾਰੀ ਹੈ। ਅਸਲ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ। ਠੀਕ ਹੈ, ਔਰ ਉਹਦੇ ਮਨ ਦੀ ਮਨਸ਼ਾ ਤਦੇ ਪੂਰੀ ਹੁੰਦੀ ਹੈ ਜੇ ਉਹ ਆਪਣੇ ਅਹਿਲਕਾਰਾਂ ਦੇ ਰਾਹੀਂ ਪੰਜਾਬ ਦੇ ਕੁਝ ਹਿੱਸੇ ਦੇ ਵਿੱਚ ਆਪਣੇ ਢੰਗ ਦੇ ਨਾਲ ਕਬਜ਼ਾ ਜਮਾਉਣ ਦਾ ਯਤਨ ਕਰੇ।
ਠੀਕ ਹੈ ਦੇਖੋ ਪਹਿਲੀ ਗੱਲ ਇਹ ਵੀ BSF ਦੇ ਰਾਹੀਂ ਪੰਜਾਬ ਦੀ ਪੁਲਿਸ ਦੀਆਂ ਤਾਕਤਾਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਘੱਟ ਕਰਨ ਦਾ ਯਤਨ ਹੋਇਆ ਇੱਕ ਗੱਲ। ਦੂਜੇ ਨੰਬਰ ਦੇ ਉੱਤੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦੇ ਨਾਲ ਬਕਾਇਦਾ ਤੌਰ ਤੇ ਪਹਿਲਾਂ ਪੁਰੋਹਿਤ ਜੀ ਨੇ ਰਾਬਤਾ ਰੱਖਣ ਦਾ ਯਤਨ ਕੀਤਾ ਔਰ ਲਗਾਤਾਰ ਉੱਥੋਂ ਦੇ ਦੌਰੇ ਕੀਤੇ ਤੇ ਹੁਣ ਜਿਹੜੇ ਕਟਾਰੀਆ ਜੀ ਨੇ ਜਿਹੜੇ ਆਪ ਭਾਜਪਾ ਦੇ ਨਾਲ ਜੁੜੇ ਹੋਏ ਬੜੇ ਪੁਰਾਣੇ ਨੇਤਾ ਨੇ ਔਰ ਸੁਣਨ ਦੇ ਵਿੱਚ ਆਉਂਦਾ ਵੀ RSS ਦਾ ਵੀ ਉਹਨਾਂ ਦੇ ਉੱਤੇ ਬੜਾ ਵੱਡਾ ਪ੍ਰਭਾਵ ਹੈ। ਜੀ ਜੀ 1977 ਤੋਂ ਉਹ ਬਕਾਇਦਾ ਤੌਰ ਤੇ ਚੋਣ ਲੜਦੇ ਲੜਦੇ ਭਾਜਪਾ ਦੀਆਂ ਟਿਕਟਾਂ ਦੇ ਉੱਤੇ ਤਾਕਤ ਦੇ ਵਿੱਚ ਰਹੇ ਨੇ। ਇਸ ਹਾਲ ਦੇ ਵਿੱਚ ਇੱਕ ਇਹੋ ਜਿਹੀ ਜਿਹੜੀ ਭਾਜਪਾ ਦੇ ਮਨ ਦੀ ਮਨਸ਼ਾ ਹੈ ਉਸ ਨੂੰ ਪੂਰਿਆਂ ਕਰਨ ਦੇ ਲਈ ਦੂਜਾ ਅਹਿਲਕਾਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਭੇਜ ਦਿੱਤਾ ਗਿਆ। ਵੀ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਦਾ ਜਿਹੜਾ ਟਕਰਾਓ ਪੁਰੋਹਿਤ ਉਹਨਾਂ ਨਾਲ ਚੱਲ ਰਿਹਾ ਸੀ ਮੁੱਖ ਮੰਤਰੀ ਦਾ, ਉਹ ਅੱਗੇ ਵੀ ਰਹਿਣ ਦੀ ਕਾਫੀ ਸ਼ੰਕੇ ਬਣੇ ਹੋਏ ਨੇ। ਬਿਲਕੁਲ ਸ਼ੰਕੇ ਹੀ ਨਹੀਂ, ਇਸ ਗੱਲ ਬਾਰੇ ਦੋ ਰਾਵਾਂ ਹੀ ਨਹੀਂ ਹਨ, ਕਿਉਂਕਿ ਇਹ ਉਹਨਾਂ ਨਾਲੋਂ ਵੱਧ ਕੱਟੜਤਾ ਦੇ ਨਾਲ ਆਪਣੇ ਢੰਗ ਦੇ ਨਾਲ ਕੰਮ ਕਰਨਗੇ, ਭਾਵੇਂ ਮਿੱਠੀ ਜ਼ਬਾਨ ਵਿੱਚ ਬੋਲਣਗੇ, ਪਰ ਇਹਨਾਂ ਦਾ ਮਨਸ਼ਾ ਵੀ ਲਗਾਤਾਰ ਵੱਖੋ ਵੱਖਰੇ ਲੋਕਾਂ ਨੂੰ ਮਿਲ ਕੇ ਪੰਜਾਬ ਦੀ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਤੇ ਕਿੰਤੂ ਪਰੰਤੂ ਕਰਦਿਆਂ ਕਰਦਿਆਂ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਰੋਕ ਰਕਾਵਟ ਲਾਉਣ ਦਾ ਹੋਏਗਾ, ਜਿਹਦੇ ਨਾਲ ਮੌਕੇ ਦੀ ਜਿਹੜੀ ਸਰਕਾਰ ਹੈ ਉਸਦਾ ਇਮੇਜ ਖਰਾਬ ਹੋਵੇ ਔਰ ਭਾਜਪਾ ਦੇ ਜਿਹੜੇ ਕਾਰਕੁਨ ਉਹਨਾਂ ਸਥਾਨਾਂ ਤੇ ਖਾਸ ਤੌਰ ਤੇ ਸਰਹੱਦੀ ਜ਼ਿਲ੍ਹੇ ਕੀ ਹੁਣ ਤੱਕ ਕਪੂਰਥਲੇ ਤੱਕ ਦੀ ਹੱਦ ਜਿਹੜੀ ਹੈ ਉਹਦੇ ਤੱਕ ਵੀ BSF ਦੀ ਪਹੁੰਚ ਜਿਹੜੀ ਹੈ ਉਹ ਹੋ ਚੁੱਕੀ ਵਾ। ਇਸ ਢੰਗ ਦੇ ਨਾਲ 1/3 ਹਿੱਸਾ ਜਿਹੜਾ ਪੰਜਾਬ ਹੈ ਸਿੱਧੇ ਤੌਰ ਤੇ BSF ਦੇ ਰਾਹੀਂ ਕੇਂਦਰ ਦੇ ਇਸ਼ਾਰੇ ਦੇ ਉੱਤੇ ਚੱਲਦਾ ਔਰ ਜਿਹੜੇ ਗਵਰਨਰ ਨੇ ਉਹ ਉਹਨਾਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਿਹੜਾ ਹੈ ਉਹ ਦਿੰਦੇ ਨੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ, ਉੱਥੋਂ ਦੀ ਐਡਮਿਨਿਸਟ੍ਰੇਸ਼ਨ। ਇੱਕ ਪਲਾਹੀ ਜੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀਗੇ ਤਾਂ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਮੁੱਖ ਮੰਤਰੀ ਤਾਂ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਹੁੰਦੀ ਸੀ, ਤੇ ਉਦੋਂ ਤਾਂ ਇੰਨੇ ਟਕਰਾਓ ਨਹੀਂ ਹੁੰਦੇ ਸੀਗੇ, ਪਰ ਹੁਣ ਜਿਹੜਾ ਹੈਗਾ ਹਾਲਾਤ ਇਸ ਤਰੀਕੇ ਨਾਲ ਕਿਉਂ ਵਿਗੜਦੇ ਜਾ ਰਹੇ ਨੇ? ਦੇਖੋ ਗੱਲ ਇਹ ਆ ਵੀ ਦਿੱਲੀ ਤੇ ਪੰਜਾਬ ਦਾ ਸਦਾ ਟਕਰਾਅ ਵਾਲੀ ਸਥਿਤੀ ਰਹੀ ਹੈ ਜੀ, ਕਿਉਂਕਿ ਥੱਲੇ ਜੇ ਕਦੇ ਕਾਂਗਰਸ ਦੀ ਸਰਕਾਰ ਸੀ ਤੇ ਉੱਪਰ ਭਾਜਪਾ ਦੀਆਂ ਸਰਕਾਰਾਂ ਹੁੰਦੀਆਂ ਸੀ ਜੀ, ਜੇ ਕਦੇ ਅਕਾਲੀਆਂ ਦੀ ਸਰਕਾਰ ਸੀ ਤੇ ਉੱਪਰ ਕਾਂਗਰਸ ਦੀ ਸਰਕਾਰ ਹੁੰਦੀ ਸੀ ਜੀ ਜੀ, ਦੋਹੀ ਦਲੀ ਮੁਕਾਬਲਾ ਲਗਭਗ ਰਿਹਾ ਜੀ। ਪਰ ਦੇਖੋ ਅਮਰਿੰਦਰ ਜਿਸ ਵੇਲੇ ਬਾਦਲ ਸਾਹਿਬ ਸੀ ਤੇ ਵਾਜਪਾਈ ਸਾਹਿਬ ਜਾਂ ਭਾਜਪਾ ਦੀ ਸਰਕਾਰ ਹੋਇਆ ਕਰਦੀ ਸੀ ਤੇ ਸੰਬੰਧ ਜਿਹੜੇ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਲਗਭਗ ਸਖਾਵੇਂ ਹੋਏ ਸੀ ਔਰ ਜਿਹਦੀ ਖਮਿਆਜ਼ਾ ਜਿਹੜਾ ਹੈ ਪੰਜਾਬ ਨੂੰ ਭੁਗਤਣਾ ਵੀ ਬੜੀ ਵੱਡੇ ਪੱਧਰ ਤੇ ਪਿਆ, ਕਿਉਂਕਿ ਜੋ ਕੁਝ ਪੰਜਾਬ ਬਣਨਾ ਚਾਹੀਦਾ ਸੀ ਉਸ ਹਿਸਾਬ ਦੇ ਨਾਲ ਬਣ ਨਹੀਂ ਸਕਿਆ। ਬਹੁਤ ਸਾਰੇ ਜਿਹੜੇ ਸੰਘਵਾਦ ਨੂੰ ਲੈ ਕੇ ਲੜਾਈ ਜਿਹੜੀ ਆ ਬਾਦਲ ਪਰਿਵਾਰ ਨੇ ਜਾਂ ਬਾਦਲ ਦੇ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ ਉਹਨੂੰ ਮੇਟਣ ਲਈ ਭਾਜਪਾ ਨੇ ਆਪਣੇ ਢੰਗ ਦੇ ਨਾਲ ਉਹਨਾਂ ਨੂੰ ਰਲਾ ਕੇ ਯਤਨ ਕੀਤਾ। ਦੂਜੇ ਨੰਬਰ ਤੇ ਜਿਸ ਵੇਲੇ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਦੇ ਤੌਰ ਤੇ ਆਏ ਤੇ ਅੰਦਰੋਂ ਗਤੀ ਇਹਨਾਂ ਨੇ ਆਪਣਾ ਰਾਜ ਭਾਗ ਚਲਾਉਣ ਦੀ ਖਾਤਰ ਭਾਜਪਾ ਵਾਲਿਆਂ ਦੇ ਨਾਲ ਸਾਂਝ ਪਾਈ ਰੱਖੀ, ਇਸੇ ਕਰਕੇ ਸਾਹਮਣੇ ਤੌਰ ਤੇ ਤਾਂ ਇਹ ਗੱਲ ਨਹੀਂ ਸੀ ਦਿਖਾਈ ਦਿੰਦੀ
ਕਿ ਇਹਨਾਂ ਦਾ ਆਪਸ ਵਿੱਚ ਕੋਈ ਬਹੁਤ ਵੱਡਾ ਟਕਰਾਓ ਹੈ, ਪਰ ਅੰਦਰੋਂ ਅੰਦਰੀ ਥੋੜਾ ਬਹੁਤਾ ਟਕਰਾਓ ਹੋਣ ਦੇ ਨਾਲ ਨਾਲ ਅਮਰਿੰਦਰ ਸਿੰਘ ਜਿਹੜਾ ਹੈ ਉਹ ਗ੍ਰਹਿ ਮੰਤਰੀ ਨਾਲ ਜਾਂ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਸੰਬੰਧ ਖਾਮੇ ਬਣਾਉਂਦਾ ਰਿਹਾ। ਪਰ ਮੁੱਖ ਮੰਤਰੀ ਨੇ ਵਿੱਚ, ਮੇਰਾ ਸਵਾਲ ਇਹ ਹੈ ਕਿ ਇਹ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਜਾਂ ਕੈਪਟਨ ਅਮਰਿੰਦਰ ਸਿੰਘ ਸੀ ਜਾਂ ਪ੍ਰਕਾਸ਼ ਸਿੰਘ ਬਾਦਲ, ਇੱਕ ਇਹ ਸਿਆਸੀ ਕੌਸ਼ਲ ਨਹੀਂ ਸੀਗਾ ਜਿਸ ਦੇ ਨਾਲ ਉਹ ਕੇਂਦਰ ਦੇ ਨਾਲ ਸੁਖਾਵੇਂ ਸੰਬੰਧ ਬਣਾ ਰੱਖਦੇ ਸੀਗੇ ਜਿਹੜਾ ਕਿ ਭਗਵੰਤ ਮਾਨ ਕੋਲ ਨਹੀਂ ਹੈ? ਬਿਲਕੁਲ ਸਹੀ ਕਹਿੰਦੇ ਹੋ। ਦੇਖੋ ਕਿੰਨਾ ਵੱਡਾ 5 ਵਾਰੀ ਮੁੱਖ ਮੰਤਰੀ ਬਣਨਾ ਔਰ ਆਪਣੇ ਢੰਗ ਦੇ ਨਾਲ ਆਪਣੀ ਪਾਰਟੀ ਦੇ ਵਿੱਚ ਵੀ ਡਿਸਿਪਲਿਨ ਬਣਾ ਕੇ ਰੱਖਣਾ ਤੇ ਪਾਰਟੀ ਨੂੰ ਖੇਰੂ ਖੇਰੂ ਨਾ ਹੋਣ ਦੇਣਾ, ਜੇ ਕਿਸੇ ਨੂੰ ਆਪਣੇ ਵਿਰੋਧੀ ਨੂੰ ਬਾਹਰ ਵੀ ਕੱਢਣਾ ਤੇ ਐਨ ਦਸਾਇਆ ਕਰਕੇ ਕੱਢ ਦੇਣਾ। ਜੇ ਹੁਣ ਹੋਣ ਵਾਲੀ ਲੀਡਰਸ਼ਿਪ ਇਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ, ਤਜਰਬੇ ਦੀ ਘਾਟ ਹੈ। ਤੇ ਇਸੇ ਤਰ੍ਹਾਂ ਅਮਰਿੰਦਰ ਸਿੰਘ ਦਾ ਆਪਣੀ ਆਪਣੀ ਜਿਹੜੀ ਹਾਈ ਕਮਾਂਡ ਆ ਉਹਨੂੰ ਵੀ ਰਾਜੀ ਕਰ ਲੈਣਾ, ਪਰ ਅੰਦਰੋਂ ਗਤੀ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੀਆਂ ਆਪਣੀਆਂ ਜਿਹੜੀਆਂ ਉਹਨਾਂ ਦੇ ਨਾਲ ਜਿਹੜੀਆਂ ਸਕੀਰੀਆਂ ਸਨ, ਰਿਸ਼ਤੇਦਾਰੀਆਂ ਸੀ ਜਾਂ ਅੰਦਰੋਂ ਗਤੀ ਸੰਬੰਧ ਸੀ ਉਹਨਾਂ ਨੂੰ ਬਣਾਈ ਰੱਖਣਾ, ਪਰ ਉਸ ਨੇ ਪੰਜਾਬ ਦੇ ਹਿੱਤਾਂ ਨੂੰ ਪਰੋਖੇ ਨਹੀਂ ਹੋਣ ਦਿੱਤਾ। ਜਦੋਂ ਵੀ ਕਦੇ ਪੰਜਾਬ ਦੇ ਹਿੱਤਾਂ ਦੀ ਗੱਲ ਆਈ ਉਹ ਕੇਂਦਰ ਦੀ ਸਰਕਾਰ ਦੇ ਵਿਰੁੱਧ, ਭਾਜਪਾ ਦੀ ਸਰਕਾਰ ਦੇ ਵਿਰੁੱਧ ਖੜਾ ਹੋਇਆ, ਭਾਵੇਂ ਉਹ ਪਾਣੀਆਂ ਦਾ ਮਸਲਾ ਸੀ ਜਾਂ ਕੋਈ ਹੋਰ ਮਸਲੇ ਸੀ, ਉਹ ਛੋਟੇ ਮੋਟੇ ਮਸਲਿਆਂ ਦੇ ਉੱਤੇ ਤਾਂ ਕੰਪਰੋਮਾਈਜ਼ ਕਰਦਾ ਰਿਹਾ ਪਰ ਪੰਜਾਬ ਦੇ ਮਸਲਿਆਂ ਤੇ ਕੰਪਰੋਮਾਈਜ਼ ਨਹੀਂ ਕੀਤਾ। ਪਰ ਹੁਣ ਹੁਣ ਲੱਗਦਾ ਇਹ ਆ ਵੀ ਟਕਰਾਅ ਉੱਪਰਲੇ ਤੌਰ ਤੇ ਤਾਂ ਪਾਵਰਾਂ ਦਾ ਜ਼ਿਆਦਾ ਦਿਖਾਈ ਦਿੰਦਾ, ਪਰ ਹੁਣ ਵਾਲਾ ਮੁੱਖ ਮੰਤਰੀ ਤਜਰਬੇ ਦੀ ਘਾਟ ਦੇ ਕਾਰਨ ਉਸ ਕਿਸਮ ਦਾ ਰਾਜਪਾਲ ਸ਼ਾਸਨ ਨਹੀਂ ਦੇ ਸਕਿਆ ਜਿਸ ਕਿਸਮ ਦਾ ਪਹਿਲੇ ਮੁੱਖ ਮੰਤਰੀ ਦਿੰਦੇ ਰਹੇ ਨੇ, ਔਰ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰਨ ਦਾ ਵੀ ਹੋਰ ਮਸਲਿਆਂ ਦੇ ਵਿੱਚ ਵੀ ਉਹ ਕੇਂਦਰ ਤੋਂ ਸਹਿਯੋਗ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਲੈਂਦੇ ਰਹੇ। ਪਰ ਹੁਣ ਵਿੱਚ ਰੁਕ ਰਿਹਾ ਤੇ ਇਸ ਸੰਬੰਧ ਵਿੱਚ ਕੀ ਇਸ ਗੱਲ ਦਾ ਜਿਹੜਾ ਭਗਵੰਤ ਮਾਨ ਸਰਕਾਰ ਤੇ ਪ੍ਰਭਾਵ ਨਹੀਂ ਹੈ ਕਿ ਜਿਹੜੀ ਦਿੱਲੀ ਇਹਨਾਂ ਦੀ ਸਰਕਾਰ ਆ ਜਾਂ ਇਹਨਾਂ ਦੀ ਪਾਰਟੀ ਆ ਉਸ ਵੱਲੋਂ ਜੋ ਡਾਇਰੈਕਸ਼ਨ ਦਿੱਤੀਆਂ ਜਾਂਦੀਆਂ ਨੇ ਉਹ ਉਸ ਅਨੁਸਾਰ ਇਸ ਸਰਕਾਰ ਨੂੰ ਚੱਲਣਾ ਪੈ ਰਿਹਾ? ਜਿਹੜੇ ਇਹ ਆਜ਼ਾਦਾਨਾ ਤੌਰ ਤੇ ਭਗਵੰਤ ਮਾਨ ਕੋਈ ਵੀ ਕੰਮ ਨਹੀਂ ਕਰ ਸਕਦੇ, ਇਸੇ ਗੱਲ ਕਰਕੇ ਇਹ ਟਕਰਾਓ ਚੱਲ ਰਿਹਾ? ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਅਸਲ ਵਿੱਚ ਜੋ ਡਾਇਰੈਕਸ਼ਨ ਕੇਜਰੀਵਾਲ ਵੱਲੋਂ ਜਾਂ ਕੇਜਰੀਵਾਲ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਮਿਲਦੀ ਆ ਉਹ ਹਿਸਾਬ ਦੇ ਨਾਲ ਹੀ ਉਹ ਕੰਮ ਕਰਦੇ ਨੇ ਤੇ ਉਹਦੇ ਹੱਥ ਵੱਜੇ ਹੋਏ ਨੇ। ਦੇਖੋ ਭਾਵੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰੀ ਇੱਥੇ ਕੰਮ ਕਰਦੇ ਸੀ ਜੀ, ਉਹ ਉੱਪਰਲੀ ਜਿਹੜੀ ਉਹਨਾਂ ਦੀ ਆਪਣੀ ਹਾਈ ਕਮਾਂਡ ਸੀ ਉਹਨਾਂ ਦੀ ਸਲਾਹ ਜ਼ਰੂਰ ਲੈਂਦੇ ਸੀ, ਪਰ ਇੰਡੀਪੈਂਡੈਂਟਲੀ ਉਹ ਜਿਹੜਾ ਆਪਣਾ ਕੰਮ ਜਿਹੜਾ ਕਰਦੇ ਪਾਏ ਗਏ ਜੀ ਜੀ। ਉਹਨਾਂ ਨੇ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਹਾਈ ਕਮਾਂਡ ਨੂੰ ਆਪਣੇ ਅੱਖੋਂ ਪਰੋਖੇ ਕਰੀ ਰੱਖਿਆ, ਔਰ ਇਹੀ ਕਾਰਨ ਸੀ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਬਗਾਵਤ ਹੋਈ ਤੇ ਉਹਨਾਂ ਨੂੰ ਉਸ ਬਗਾਵਤ ਦਾ ਖਮਿਆਜ਼ਾ ਵੀ ਭੁਗਤਣਾ ਪਿਆ। ਪਰ ਹੁਣ ਵਾਲਾ ਮੁੱਖ ਮੰਤਰੀ ਜਿਹੜਾ ਹੈ ਉਹ ਤਾਂ ਸਿਰਫ ਕੇਜਰੀਵਾਲ ਦੇ ਜੋ ਕੁਝ ਉਹ ਕਹਿੰਦੇ ਨੇ ਉਸ ਹਿਸਾਬ ਦੇ ਨਾਲ ਕੰਮ ਕਰਦਾ, ਇਸ ਕਰਕੇ ਇੱਥੇ ਕਨਸੈਂਟ੍ਰੇਸ਼ਨ ਜਿਹੜੀ ਹੈ ਕਿਉਂਕਿ ਦਿੱਲੀ ਵਿੱਚ ਕਨਸੈਂਟ੍ਰੇਸ਼ਨ ਹੈ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ, ਇੱਥੇ ਵੀ ਉਸ ਢੰਗ ਦੀ ਦੇਖਣ ਨੂੰ ਮਿਲ ਰਹੀ ਆ। ਪਰ ਦੂਜਾ ਏਜੰਡਾ ਜਿਹੜਾ ਮੈਂ ਪਹਿਲਾਂ ਤੁਹਾਡੇ ਸਾਹਮਣੇ ਪੇਸ਼ ਕੀਤਾ ਗੱਲ ਕਰਦਿਆਂ ਭਈ ਭਾਜਪਾ ਜਿਹੜੀ ਹੈ ਉਹਦੀ ਕੇਂਦਰੀ ਲੀਡਰਸ਼ਿਪ ਜਿਹੜੀ ਹੈ ਜਾਂ RSS ਜਿਹਨੂੰ ਕਹਿ ਲਈਏ ਉਹ ਪੰਜਾਬ ਨੂੰ ਕਿਸੇ ਨਾ ਕਿਸੇ ਹੀਲੇ ਵਸੀਲੇ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੀ ਹੈ। ਪਰ ਸਾਹਿਬ ਜਿਹੜੇ ਖਾਸ ਤੌਰ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਗੱਲ ਕਰਦੇ ਨੇ ਉਸ ਅਨੁਸਾਰ ਤਾਂ ਇਹੀ ਹੈ ਕਿ ਜਿਹੜੀ
ਇਹ ਕੇਂਦਰ ਵੱਲੋਂ ਲਗਾਇਆ ਗਿਆ ਰਾਜਪਾਲ ਹੁੰਦਾ ਹੈ, ਉਹ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦੇ ਆ ਇਲੈਕਟਡ ਜਾਂ ਸਿਲੈਕਟਡ, ਇਹ ਸਿਲੈਕਟਡ ਬੰਦੇ ਨੇ ਅਤੇ ਇਹਨਾਂ ਵੱਲੋਂ ਲਗਾਤਾਰ ਰਾਜਾਂ ਦੇ ਵਿੱਚ ਦਖਲ ਅੰਦਾਜ਼ੀਆਂ ਕੀਤੀ ਜਾ ਰਹੀਆਂ ਹੈ, ਚਾਹੇ ਉਹ ਪੱਛਮੀ ਬੰਗਾਲ ਹੋਵੇ ਚਾਹੇ ਦੱਖਣ ਦੇ ਸੂਬੇ ਹੋਣ, ਜਿਵੇਂ ਇਹ ਦਖਲ ਅੰਦਾਜ਼ੀ ਹੋ ਰਹੀ ਹੈ, ਇਹ ਲੋਕਤੰਤਰੀ ਪ੍ਰਕਿਰਿਆ ਦੇ ਉੱਤੇ ਇੱਕ ਪ੍ਰਸ਼ਨ ਚਿੰਨ੍ਹ ਨਹੀਂ ਹੈ? ਦੇਖੋ, ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ ਇਸ ਮਾਮਲੇ ਦੇ ਉੱਤੇ। ਸੁਪਰੀਮ ਕੋਰਟ ਦੇ ਵਿੱਚ ਵੀ ਵੱਖੋ ਵੱਖਰੀਆਂ ਰਾਵਾਂ ਆਈਆਂ ਨੇ ਔਰ ਉਹਨਾਂ ਨੇ ਸਾਫ ਡਾਇਰੈਕਸ਼ਨ ਦਿੱਤੀ ਹੈ ਕਿ ਜਿਹੜਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਉਸਦੇ ਕੰਮਾਂ ਦੇ ਵਿੱਚ ਜਾਂ ਉਹਨਾਂ ਦੇ ਅਧਿਕਾਰਾਂ ਵਿੱਚ ਦਖਲ ਦੇਣ ਦਾ ਰਾਜਪਾਲਾਂ ਨੂੰ ਕੋਈ ਵੀ ਅਧਿਕਾਰ ਨਹੀਂ ਹੈ। ਪਰ ਇਸ ਗੱਲ ਦੇ ਬਾਵਜੂਦ ਵੀ, ਕਿਉਂਕਿ ਭਾਜਪਾ ਦੀ ਸਰਕਾਰ ਪਿਛਲੇ 10 ਸਾਲ ਅੜਬਾਊ ਪੁਣੇ ਦੇ ਨਾਲ ਡਿਕਟੇਟਰਸ਼ਿਪ ਵਾਲੇ ਢੰਗ ਦੇ ਨਾਲ ਕੰਮ ਕਰਦੀ ਆ ਔਰ ਆਪਣੇ ਤੋਂ ਉਲਟ ਵਿਚਾਰਾਂ ਵਾਲਿਆਂ ਨੂੰ ਵੀ ਤੇ ਆਪਣੇ ਤੇ ਉਲਟ ਜਿਹੜੇ ਰਾਜ ਨੇ ਉਹਨਾਂ ਦੇ ਮੁੱਖ ਮੰਤਰੀਆਂ ਦੇ ਨਾਲ ਵੀ ਉਹ ਇਟਕਾ ਲਗਾਤਾਰ ਜਾਰੀ ਰੱਖ ਰਹੀ ਹੈ। ਇਹ ਵੱਖਰੀ ਗੱਲ ਹੈ ਵੀ ਉਹ ਜਿਹੜੇ ਮੁੱਖ ਮੰਤਰੀ ਨੇ ਤਾਕਤ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਦੇ ਨੇ। ਦੇਖੋ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਦੇ ਵੀ ਕੇਂਦਰ ਦੀ ਪਰਵਾਹ ਨਹੀਂ ਕੀਤੀ, ਆਪਣੇ ਢੰਗ ਦੇ ਨਾਲ ਉਹ ਕੰਮ ਕਰਦੀ ਹੈ। ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਅਤੇ ਰਾਜਪਾਲ ਵਿੱਚ ਜਿਹੜਾ ਇਹ ਟਕਰਾਓ ਚੱਲਦੇ ਆ ਰਹੇ ਨੇ ਇਹ ਨਹੀਂ ਹੋਣੇ ਚਾਹੀਦੇ। ਇਹ ਸਾਡੇ ਹਿੱਤ ਵਿੱਚ ਨਹੀਂ, ਸਾਡੇ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਇਹਨਾਂ ਟਕਰਾਵਾਂ ਦੇ ਕਾਰਨ ਪੰਜਾਬ ਕਿਸੇ ਵੀ ਤਰੀਕੇ ਨਾਲ ਤਰੱਕੀ ਨਹੀਂ ਕਰ ਸਕਦਾ, ਕਿਉਂਕਿ ਜੇਕਰ ਸਿਆਸੀ ਤੌਰ 'ਤੇ ਸਥਿਰਤਾ ਨਹੀਂ ਰਹਿੰਦੀ ਹੈਗੀ ਤਾਂ ਕਾਫ਼ੀ ਜਿਹੜੇ ਵਿਕਾਸ ਦੇ ਕੰਮ ਵੀ ਨਹੀਂ ਹੁੰਦੇ।